2018 में भारत का नाम रोशन करने वाले प्रदीप सिंह व विकास ठाकुर आज लुधियाना पहुंच गए। प्रदीप का लुधियाना रेलवे स्टेशन पर उनके दोस्तों ने स्वागत किया। 105 किलोग्राम वेट लिफ्टिंग प्रतियोगिता में सिल्वर मेडल जीता है, जबकि विकास का उसके परिवार व दोस्तों मित्रों ने ढोल नगारों के साथ स्वागत किया, जिन्होंने 94 किलोग्राम वेट लिफ्टिंग प्रतियोगिता में कांस्य पदक जीता है। 105 किलो कैटेगरी जीत गया है वेट लिफ्टिंग थी। अगला टारगेट अपना ही है कॉमनवेल्थ वर्ल्ड चैंपियनशिप की। वो कदों हो रही है? वो 11वें महीने हो रही। जो 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 तुसी उथे सिर मर जिते तड़ सब तो मन च की आया? कुछ भी नहीं आया जी। कुछ तो आया होगा, कोई खुशी कोई? ना खुशी ना दुख। खुशी तो नहीं हुई कि गोल्ड नहीं आया, जिदा मिल गया मिल गया जी। अरे गोल्ड का सीगा? गोल्ड का दुख सीगा जी। जे गोल्ड होना ज्यादा खुशी होंदी? ज्यादा खुशी होंदी। ਤਾਂ ਲੱਗਦਾ ਕਿ ਮੈਡਲ ਦਾ ਮੈਡਲ ਹੀ ਹੈ, ਦੇਸ਼ ਮੈਡਲ ਆਇਆ ਵਾ। ਉਹ ਤਾਂ ਬਾਅਦ ਦਾ ਹੌਸਲਾ ਦੇਣ ਦਾ ਤਾਂ ਕਹਿਣਾ ਹੀ ਪੈਂਦਾ ਜੀ। ਸਰਕਾਰ ਵੱਲੋਂ ਕੋਈ ਚੱਲਦੀ ਕੋਈ ਸਪੋਰਟ ਕੁਛ ਹੋਵੇ ਤੁਹਾਡੀ? ਸਰਕਾਰ ਤਾਂ ਦੇਖੋ ਜੀ, ਹਾਲੇ ਤਾਂ ਕੁਛ ਨਹੀਂ ਹੈਗਾ ਜੀ, ਬਾਅਦ ਚ ਪਤਾ ਲੱਗ ਜੂਗਾ ਹਾਲੇ ਥੋੜ੍ਹੇ ਚਿਰ। ਤੁਹਾਨੂੰ ਸਰਕਾਰ ਤੋਂ ਕੋਈ ਉਮੀਦ ਹੈਗੀ ਹੈ? ਸਰਕਾਰ ਤੋਂ ਕੋਈ ਉਮੀਦ ਨਹੀਂ? ਨਹੀਂ। ਤੁਸੀਂ ਫਿਲਹਾਲ ਕਿਸੇ ਗਵਰਨਮੈਂਟ ਜੋਬ 'ਚ ਹੈਗੇ ਹੋ? ਹਾਂਜੀ, ਮੈਂ ਰੇਲਵੇ ਦੇ ਵਿੱਚ ਹੈ ਜੀ, ਲੁਧਿਆਣੇ, ਇੱਥੇ ਹੀ ਜੋਬ ਕਰਦਾ ਜੀ। ਅੱਗੇ ਇੱਥੇ ਡਿਊਟੀ ਹਾਂ? ਹਾਂਜੀ। ਸਰ ਖੁਸ਼ੀ ਮੇਰੇ ਚਿਹਰੇ ਤੁਹਾਨੂੰ ਦੇਖੀ ਰਹੀ ਹੋਣੀ, ਵੈਸੇ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੈ ਸਰ, ਅਤੇ ਇੰਨਾ ਪਿਆਰ ਲੁਧਿਆਣਾ ਵਾਸੀਆਂ ਨੂੰ ਮਿਲਿਆ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਤਿਆਰੀ ਸਰ ਮੇਰੀ ਗੋਲਡ ਦੀ ਸੀਗੀ, ਬਟ ਕੰਪਨੀ ਨੂੰ ਕਾਫੀ ਟਫ ਸੀਗਾ, ਪਰ ਆਈ ਐਮ ਕੁਆਇਟ ਸੈਟੀਸਫਾਈਡ ਵਿਦ ਮਾਈ ਪਰਫੋਰਮੈਂਸ, ਮੈਨੂੰ ਵਧੀਆ ਲੱਗੀ ਪਰਫੋਰਮੈਂਸ। ਇਸ ਤੋਂ ਪਿਛਲੀ ਵਾਰ 2014 ਵਿੱਚ ਮੇਰਾ ਸਿਲਵਰ ਮੈਡਲ ਸੀਗਾ ਜੀ। ਪਰਿਵਾਰ ਨਾਲ ਖੜਾ ਵਾ, ਬਹੁਤ ਜ਼ਿਆਦਾ ਖੁਸ਼ੀ ਹੋਈ ਬਾਪੂ ਸ਼੍ਰੀ ਤੇ ਮਾਤਾ ਸ਼੍ਰੀ ਨੇ ਜੀ ਮੇਰੇ, ਇਹਨਾਂ ਦਾ ਸ਼ਗਿਰਦ ਹੈਗਾ ਵਾ ਏਅਰਫੋਰਸ ਵਿੱਚ ਨਾ, ਤੋਂ ਮੈਂ ਟ੍ਰੇਨਿੰਗ ਲੈ ਕੇ ਮੈਂ ਹੁਣ ਇੰਡੀਆ ਕੰਪਨੀ ਗਿਆ ਸੀਗਾ ਜੀ, ਅਤੇ ਅੱਜ ਮੈਂ ਜੋ ਵੀ ਮੁਕਾਮ ਹਾਸਲ ਕੀਤਾ ਇਹਨਾਂ ਦੀ ਕੋਚਿੰਗ 'ਚ ਲੈ ਕੇ। ਹਾਂਜੀ ਹਾਂਜੀ ਜ਼ਰੂਰ ਜੀ, ਬਹੁਤ ਚੱਲ ਚੱਲ ਜਾਗਤੀ ਲਹਿਰ ਕੇ ਲੀਏ ਲੁਧਿਆਣਾ ਸੇ ਰਜਿੰਦਰ ਅਰੋੜਾ ਕੀ ਰਿਪੋਰਟ।